ਭਾਈ ਸਾਹਿਬ ਸਿੰਘ ਜੀ ਬਲਾ ਚੋਰ ਵਾਲੇ, ਉਹਨਾਂ ਦੇ ਕੋਲੋਂ ਇੱਕ ਸ਼ਬਦ ਦੀ ਹਾਜ਼ਰੀ ਆਪਾਂ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸੰਪੂਰਨਤਾ ਹੈ। ਸੋ ਸੰਗਤ ਨੂੰ ਬੇਨਤੀ ਹੈ ਕਿ ਕੇਵਲ ਅਤੇ ਕੇਵਲ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਸਿੰਘ ਜੀ ਨੇ ਭਰਨੀ ਹੈ। ਆਪ ਜੀ ਬੜੇ ਪਿਆਰ ਦੇ ਨਾਲ ਇੱਦਾਂ ਹੀ ਸੱਜ ਕੇ ਬੈਠਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਖੀ ਮਿਲੋ ਰਸ ਮੰਗਲ ਗਾਓ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਓ, ਹਮ ਕਰ ਸਾਜਨ ਆਇਆ। ਹਮ ਕਰ ਸਾਜਨ ਰਸ ਮੰਗਲ ਗਾਓ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਓ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਓ, ਹਮ ਕਰ ਸਾਜਨ ਆਇਆ। ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ। ਹਮ ਕਰ ਸਾਜਨ ਆਇਆ।
ਗਿਆਨ ਮਹਾਰਸ ਨੇਤਰੀ ਅੰਜਨ ਤ੍ਰੇਪਵਣ ਰੂਪ ਦਿਖਾਇਆ, ਤ੍ਰੇਪਵਣ ਰੂਪ ਦਿਖਾਇਆ, ਤ੍ਰੇਪਵਣ ਰੂਪ ਦਿਖਾਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਜੀ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਿੰਘ ਜੀ ਦਾ, ਜਿਨ੍ਹਾਂ ਨੇ ਸਤਿਗੁਰ ਜੀ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਸਰਵਣ ਕਰਾ ਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਹੈ।